ਬਾਹਰ ਸਾੜੀਆਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਸਾਡੇ ਪ੍ਰਾਹੁਣੇ ਲਈ ਅਤੇ ਬਾਰਡਰ ਪਾਰ ਸਾਡੇ ਇਸ ਮੇਲੇ 'ਤੇ ਪੁੱਜੇ ਹੈ ਅਸੀਂ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ ਵੈਲਕਮ ਕਹਿੰਦੇ ਹਾਂ ਸਭ ਕੁਛ ਮਿਲਾ ਕਹਿੰਦੇ ਹਾਂ ਜੀ ਯਾਦਗਾਰੀ ਮੁਲਾਕਾਤ ਹੈਂਡ ਸ਼ੇਕ ਬਹੁਤ ਹੀ ਸਪੈਸ਼ਲ ਹੁੰਦੇ ਹੈ ਔਰ ਅੱਜ ਗੱਲਾਂ ਹੋਣਗੀਆਂ ਕਹਿੰਦੇ ਹੁਣ ਵੀ ਪਾਕਿਸਤਾਨ ਦਾ ਸੁਪਰ ਸਟਾਰ ਦੁਨੀਆ ਕਨੇਡਾ ਯੂ ਕੇ ਇੰਡੀਆ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਜਿਹੜੀਆਂ ਤੋਂ ਮਾਂ ਪੈਂਦੀ ਹੈ ਸ਼ਫੀਕ ਚਿਸ਼ਤੀ ਦੀਆਂ ਗੱਲਾਂ ਫਿਰ ਰਾਣਾ ਅਲੀ ਸ਼ਾਨ ਪੂਰਾ ਫਿਕਰ ਪਠਾਨ ਦੀਆਂ ਗੱਲਾਂ ਹੁੰਦੀਆਂ ਨਸਰੂਲਿਆ ਖਿੱਚੀ ਅਰਗਾ ਬੱਬਰ ਸ਼ੇਰਾ ਜੀ ਗੱਲਾਂ ਦੀ ਜੋਹਰ ਦਿਖਾਉਣ ਲਈ ਤਿਆਰ ਬਾ ਤਿਆਰ ਹੈ ਦੇਖਾਂਗੇ ਜੀ ਕਿਤੇ ਨਾ ਕਿੰਨੇ ਕਿੰਨੇ ਡੰਡ ਮਾਰੇ ਕਿੰਨੇ ਕਿੰਨੇ ਬੈਠਕਾਂ ਕਿਹੜਾ ਜਖਾਂਦਾ ਰਿਹਾ ਘਿਓ ਨਾਲ ਚੂਰੀਆਂ ਕਿਹਦੀਆਂ ਪੱਟਾਂ ਦੇ ਜੋ ਮੋਰ ਪਹਿਲਾਂ ਪਾਊਗਾ ਤੇ ਵਧੀਆ ਖਿਡਾਰੀ ਦਾ ਖਿਤਾਬ ਕਿਹਦੀ ਝੋਲੀ ਪੈਂਦਾ ਹੈ ਆਸਾਂ ਚ ਹੁੰਦੀਆਂ ਨੇ ਕਿਸ ਦੀਆਂ ਪੂਰੀਆਂ ਔਰ ਇਮਤਿਆਜ਼ ਆਲਮ ਸਾਹਿਬ ਅੱਜ ਕਬੱਡੀ ਦੇ ਵਿੱਚ ਯਾਦਗਾਰੀ ਸ਼ਾਪ ਛੱਡਣ ਲਈ ਪੁੱਜੇ ਹੈ ਸਤਿ ਸ਼੍ਰੀ ਜੀਆਂ ਨੂੰ ਜੀ ਵੈਲਕਮ ਖੁਸ਼ਾਮਦੀ ਦੇ ਸਾਰੇ ਜਿੰਨੇ ਆਏ ਹੋਏ ਮਿੱਤਰ ਸਭ ਨੂੰ ਦਿਲ ਦੇ ਡੂੰਘੇ ਥਾਂ ਤੋਂ ਜੀਆਂ ਨੂੰ ਕਹਿੰਦੇ ਹੈ ਵੈਲਕਮ ਕਹਿੰਦੇ ਹੈ ਸਰਦਾਰ ਭਾਜੀ ਹੋਈ ਜਿਹੜੇ ਕਿ ਸਾਡੇ ਇਸ ਵਿਹਲੇ ਦੇ ਪੁੱਜੇ ਹੈ ਸਾਡਾ ਮਾਣ ਵਧਾਇਆ ਸਤਿ ਸ਼੍ਰੀ ਜੀਆਂ ਜੀ ਵੈਲਕਮ ਖੁਸ਼ਾਮਦੀ ਵੈਲਕਮ ਕਰਕੇ ਦੋਵੇਂ ਪਾਸੇ ਮੁਲਕੇ ਪਾਕਿਸਤਾਨ ਦੇ ਟਾਪ ਜਿਹੜੇ ਕਿ ਅੱਜ ਸੁਪਰ ਸਟਾਰ ਜਿਹੜੇ ਪੁੱਜੇ ਹੈ ਲਾਲਾ ਬਹਾਦੁਰਲਾ ਕੰਬੋ ਦੀ ਗੱਲ ਕਹਿੰਦੇ ਹੈ ਫਿਰ ਕਹਿੰਦੇ ਹੈ ਇਸ ਟਾਈਮ ਰਾਣਾ ਅਲੀ ਸ਼ਾਨ ਵੀ ਪੁੱਜੇ ਹੈ ਔਰ ਸ਼ਫੀਕ ਚਿਸ਼ਤੀ ਦੀ ਗੱਲ ਹੁੰਦੀ ਹੈ ਫਿਰ ਅਖਤਰ ਪਠਾਨ ਦੀ ਗੱਲ ਹੁੰਦੀ ਹੈ ਫਿਰ ਇਮਤਿਆਜ਼ ਆਲਮ ਬੱਬਰ ਸ਼ੇਰ ਅਜੇ ਖੁੱਲੇ ਮੈਦਾਨ ਦੇ ਵਿੱਚ ਨਸਰੁੱਲਾ ਖਿੱਚੀ ਅਰਗੇ ਬੱਬਰ ਸ਼ੇਰ ਆਪਣੀ ਸ਼ਾਨ ਛੱਡਣ ਦੀ ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਜਾਪਿਆ ਜਾਂਦਾ ਹੈ ਇੱਕ ਨਾਮ ਜਾਪਿਆ ਜਾਂਦਾ ਹੈ ਅਜੇ ਵੀ ਬੱਬਰ ਸ਼ੇਰ ਅਜੇ ਆਪਣੀ ਕਲਾ ਦਾ ਜੋਹਰ ਦਿਖਾਉਣ ਲਈ ਕਿਹੜੇ ਮੌਜੂਦ ਮਹਿਮਾਨ ਇਸ ਟਾਈਮ ਸਾਡੇ ਇਸ ਸਟੇਜ ਤੇ ਸਾਡੀ ਇਸ ਪਰਿਆ ਦੇ ਪ੍ਰਧਾਨ ਬਣੇ ਸਭ ਨੂੰ ਦਿਲ ਦੇ ਡੂੰਘੇ ਥਾਂ ਥਾਂ ਔਰ ਅੱਜ ਕਹਿੰਦੇ ਪੂਰੀ ਸ਼ਾਹ ਛੱਡਣ ਲਈ ਪੁੱਜੇ ਹੈ ਸਤਿ ਸ਼੍ਰੀ ਅਕਾਲ ਜੀ ਵੈਲਕਮ ਖੁਸ਼ਾਮਦੀ ਲਓ ਜੀ ਗਰਾਊਂਡ ਖਾਲੀ ਕਰ ਦਿਓ ਜੀ ਮਾਰੋ ਰੈਫਰੀ ਸਾਹਿਬ ਅੱਜ ਕਹਿੰਦੇ ਛੋਟੇ ਚਿਸ਼ਤੀ ਦਾ ਮਾਨ ਸਮਾਨ ਪੂਰਾ ਹੈ ਇਹ 11,000 ਦੇ ਨਾਲ ਹੋਣਾ ਹੈ 11,000 ਦੇ ਨਾਲ ਹੋਣਾ ਹੈ ਔਰ ਗੁਰਵਿੰਦਰ ਭਾਜੀ ਅੱਜ ਪੂਰੇ ਪੱਪਾ ਭਾਰ ਫੁੱਲਾ ਕਹਿੰਦੇ ਜੀ ਜੀਆਂ ਨੂੰ ਕਹਿੰਦੇ ਆ ਵੈਲਕਮ ਖੁਸ਼ਾਮਦੀ ਅਹਿਲਨ ਬਸ ਅਹਿਲਨ ਮਰਹਬਾ ਜੀ ਤੇ ਸਪੀਕਰ ਬੰਦ ਖਰਾਬ ਸ਼ੁਰੂ ਮਾਰ ਮਨੀਰ ਹੁਸੈਨ ਸਾਹਿਬ ਜਰਾ ਕਬੱਡੀ ਵੇਖ ਕੇ ਐਸੀਆਂ ਚਾਟਾਂ ਮਾਰਦੇ ਨੇ ਭਾਵੇਂ ਮੈਪਲ ਲੀਫ ਨਾ ਬਣਾਓ ਕੰਧਾਂ ਹਿਲਾ ਛੱਡਦੇ ਨੇ ਗੱਭਰੂ ਚੌਧਰੀ ਗੁਲਜ਼ੀਰ ਰਹਿਮਾਨ ਸਾਹਿਬ ਮੇਰੇ ਮਹਿਮਾਨ ਨੇ ਖਸੂਸੀ ਨਹੀਂ ਸਟੇਜ ਦੇ ਫਤਿਹ ਸ਼ਰੀਫ ਮਾਚਾਰੀ ਯੂਸਫ ਅਲੀ ਚੱਦਰ ਸਾਹਿਬ ਔਰ ਰਾਹ ਮੁਹੰਮਦ ਸ਼ਹਿਬਾਜ਼ ਕਲਿਆਣ ਸਾਹਿਬ ਉਮੀਦਵਾਰ ਪ੍ਰੈਸ ਸਭਾਈ ਅਸੈਂਬਲੀ ਸਦਕੇ ਉਹ ਮੂੰਹ ਤੇ ਨਾ ਮਾਰੋ ਸ਼ੰਪੀ ਬੈਠੇ ਕੇ ਮੂੰਹ ਪੇ ਚਾਟਾ ਦੂਜਾ ਚਾਟਾ ਤਰੀਜਾ ਚਾਟਾ ਤਾੜੀਆਂ ਮਾਰਨੀਆਂ ਪੈਣੀਆਂ ਕਰੀ ਸਦਕੇ ਬੱਲੇ ਸ਼ੰਭੂ ਭਾਜੀ ਧਰਤੀ ਹਿਲਣੀ ਹੈ ਇੱਥੇ ਅੱਜ ਜੀ ਰਾਹ ਬਾਬਰ ਆਏ ਪਠਾਨ ਕੇ ਮੂੰਹ ਪੇ ਨਾ ਮਾਰੋ ਨਸਵਾਰ ਗਿਰ ਸਕਤੀ ਹੈ ਸਦਕੇ ਪਿੜ ਪੈ ਗਿਆ ਸਾਨਾ ਦਾ ਅਤੇ ਕੌਟੀ ਦੇ ਮੈਦਾਨੇ ਅੰਦਰ ਪਤਾ ਲੱਗਣਾ ਹੈ ਜਾਨਾਂ ਦਾ ਇਨਾਮਾਂ ਦੀਆਂ ਹੋਣਗੀਆਂ ਬਾਰਿਸ਼ਾਂ ਮਾਰ ਮਨੀਰ ਸੈਨ ਜੀ ਕੌਟੀ ਵੇਖ ਲਿਓ ਜ਼ਰਾ ਸਦਰ ਮੇਲਾ ਸਦਕੇ ਜਾਏ ਰਾਹ ਬਾਬਰ ਅੱਗੇ ਖੋਤਾ ਕੰਧ ਬਣ ਕੇ ਮੁੰਡਾ ਪੱਲੇ ਉਹ ਨਾ ਮੂੰਹ ਪੇ ਨਾ ਮਾਰੋ ਇਸਕੇ ਯਾਰ ਹੁਣ ਜਿਹੜਾ ਤਾੜੀਆਂ ਨਾ ਮਾਰੇ ਫਿਰ ਉਹ ਪੰਜਾਬੀ ਕੋਈ ਨੀ ਰਾਵੀ ਦੇ ਕੰਡੇ ਦੇ ਕੋਈ ਨੀ ਵੱਸਦਾ ਜਿਹੜਾ ਐਸ ਕਬੱਡੀ ਦੀਆਂ ਤਾੜੀਆਂ ਨਾ ਮਾਰੇ ਤੇ ਇਨਾਮ ਵੀ ਹੋਣੇ ਚਾਹੀਦੇ ਆ ਇਹਦਾ ਮੈਂ 500 ਰੁਪਈਆ ਪਹਿਲਾਂ ਮੁੰਡੇ 'ਚ ਪਾਉਣ ਲੱਗਾ ਜੋਲਾ ਦਾ ਨਾਂ ਲੈ ਕੇ ਇਹ ਸੀਮਟ ਨੂੰ ਹੀ ਪੈਣੇ ਆ ਪੈਸੇ ਮੇਰੇ ਕੋਲ ਹੈ ਸਾਰੇ ਸੀਮਟ ਵਾਲੇ ਮੇਰੇ ਭਰਾ ਬੈਠੇ ਜ਼ਿੰਦਾਬਾਦ ਜੀ ਮਾਰ ਮਨੀਰ ਜੀ ਕੌਡੀ ਵੇਖ ਲਓ 500 ਰੁਪਈਆ ਅਖਤਰ ਖਾਨ ਪਠਾਨ ਕਬੱਡੀ ਮੈਂ ਸ਼ੁਰੂ ਕਰਨ ਲੱਗਾ ਤੇਰੀ 500 ਰੁਪਈਆ ਕਬੱਡੀ ਦਾ ਮੁੱਢ ਇਨਾਮ ਸਦਕੇ ਪਟਵਾਰੀ ਜੀ ਕੌਡੀ ਵੇਖ ਲਿਆ ਸੁੱਲਾ ਖਾਨ ਸਾਹਿਬ ਆ ਨਠਾਨ ਸਦਕੇ ਜਾਵਾਂ ਨੌਜਵਾਨਾਂ ਤੈਨੂੰ ਰੱਬ ਦੀਆਂ ਰੱਖਾਂ ਕਬੱਡੀ ਪਾਉਣ ਵਾਸਤੇ ਤੁਰ ਪਿਆ ਮੁੰਡਾ ਉਧਰ ਅੱਗੇ ਬਾਜੀ ਜੰਡਲ ਰੋਲਾ ਪਾਉਂਦਾ ਜਿੰਨਾ ਚਿਰ ਕੜੇ ਚੋਂ ਲੰਘਣਾ ਆਉਂਦਾ ਜ਼ਹੀਰ ਇੰਨੀ ਬਾਹ ਮਾਟੀ ਰੱਖਦੀ ਆ ਤਾਂ ਦਿਸਦੀ ਨਹੀਂ ਕਿ ਹੱਥ ਨਹੀਂ ਲੱਗਦਾ
ਅਰਨ ਥਾਣਾ ਰੋਡਾਲਾ ਜ਼ਿਲ੍ਹੇ ਇਕਬਾਲ ਨਿਆਜ਼ੀ ਸਾਹਿਬ ਜੀ ਆਇਆਂ ਨੂੰ ਖੁਸ਼ ਆਮਦੀਦ ਵੈਲਕਮ ਬਕਾਇਦਾਰ ਨੇ ਸਤਿ ਬਿਸਮਿਲ੍ਲਾ ਜੀ ਆਇਆਂ ਨੂੰ ਉਧਰ ਹੀ ਤਾਰਿਆ ਚੱਲ ਕੇ ਬਾਹਾ ਕਬੱਡੀ ਅਲੀਸ਼ਾਨ ਇਹ ਤੁਹਾਡੇ ਤੇ ਨਹੀਂ ਕੋਡੀ ਹੁੰਦੀ ਉਧਰ ਨਾ ਹੁੰਦੀ ਆ ਅੰਬਰ ਉਹ ਅਰਸ਼ ਵਾਲੇ ਪਾਸੇ ਨੌਜਵਾਨ ਮੁਹੰਮਦ ਵਸੀਮ ਗੁੱਜਰ ਰੇਡਰ ਦਾ ਨਾਂ ਹੈ ਕਪੱਟਰ ਦਾ ਨਾਂ ਹੈ ਸਾਈ ਦਾ ਨਾਂ ਮੁਹੰਮਦ ਵਸੀਮ ਗੁੱਜਰ ਅੱਗੇ ਖਲੋਤਾ ਹੈ ਤਾਰਾ ਬੰਬ ਸਦਕੇ ਜਾਵਾਂ ਚੱਲ ਪਈ ਤਾਰਿਆ ਨੌਜਵਾਨ ਤਾਰਾ ਗੁੱਜਰ ਮੁਹੰਮਦ ਵਸੀਮ ਗੁੱਜਰ ਲੋ ਜੀ ਕਬੱਡੀ ਵੇਖ ਕੇ ਡਾਕਟਰ ਵਸੀਮ ਚਾਟਾਂ ਚਾਹੀਦੀਆਂ ਆਏ ਸ਼ੰਭੂ ਭਾਜੀ ਵੇਖ ਲੋ ਕੁਲਵਿੰਦਰ ਜੀ ਵੇਖੋ ਕੀ ਹੋਣ ਡਿਆ ਇੱਥੇ ਆਹ ਵੇਖੋ ਅੱਜ ਲਹਿੰਦੇ ਪੰਜਾਬ ਚ ਇੱਦਾਂ ਵੀ ਹੁੰਦਾ ਜੋ ਸਦਕੇ ਜਾਵਾਂ ਰਾਵੀ ਦਾ ਕੰਡਾ ਦਲੇਰਾਂ ਦੀ ਜੂ ਨੰਬਰ ਸਾਹਿਬ ਜਿਹੜਾ ਵੀ ਅਕੀਰ ਖਾਨ ਸਾਹਿਬ ਫੌਜ ਇੰਸਪੈਕਟਰ ਆਹ ਵੇਖੋ ਕੀ ਹੁੰਦਾ ਹੈ ਨੰਬਰ ਵਸੀਮ ਗੁੱਜਰ ਦਾ ਨੰਬਰ ਮੁਹੰਮਦ ਵਸੀਮ ਗੁੱਜਰ ਦਾ ਇੱਕ ਵਾਰੀ ਫਿਰ ਨੰਬਰ ਦਾ ਮੁੰਡੇ ਦਾ ਕਬੱਡੀ ਕਲੱਬ ਯੂਐਸਏ ਦੇ ਨਾਲ ਵਾਸਤਾ ਮੁੰਡੇ ਦਾ ਕਿ ਪੱਟਾਂ ਦੇ ਨਾਲ ਪੱਟ ਨੇ ਖੈਂਦੇ ਭਾਈ ਡੌਲਿਆਂ ਨੂੰ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਕਰ ਕਰ ਪੁੱਛਦੇ ਨੇ ਸਦਕੇ ਜਾਵਾਂ ਤੇ ਹੁਣ ਤੇਰੇ ਤੇ ਵਿਸ ਨਹੀਂ ਸਕਦਾ ਦੁੱਖ ਦੀ ਚੱਕੀ ਪਿਸ ਨਹੀਂ ਸਕਦਾ ਮੇਰੀ ਅੱਖਾਂ ਕੱਢ ਕੇ ਸੁੱਟ ਜਾ ਜੇ ਤੂੰ ਮੈਨੂੰ ਦਿਸ ਨਹੀਂ ਸਕਦਾ ਸਦਕੇ ਜਾਵਾਂ ਚੱਲ ਵੀ ਨੌਜਵਾਨਾਂ ਪਾਹਾਂ ਕਬੱਡੀ ਮੇਰੀਆਂ ਅੱਖਾਂ ਕੱਢ ਕੇ ਸੁੱਟ ਜਾ ਜੇ ਤੂੰ ਮੈਨੂੰ ਦੇਖ ਨਹੀਂ ਸਕ ਸਦਕੇ ਜਾਵਾਂ ਹਾਦਮ ਦਾ ਸ਼ੇਰ ਪੜਿਆ ਪੈਸੇ ਦੇਣਾ ਪੈਜਾ ਜੀ ਧੰਨਵਾਦ ਜੀ ਤਾਂ ਜੀ ਮੇਰੇ ਵਾਸਤੇ ਕਮੈਂਟਰੀ ਬੋਕਸ ਮਾਨ ਸਨਮਾਨ ਮੁਹੱਬਤ ਭੇਜੀ ਹੈ ਪਿਆਰ ਭੇਜਿਆ ਹੈ ਬਹੁਤ ਸ਼ੁਕਰੀਆ ਮੈਨੂੰ ਇਸ ਕਾਬਲ ਸਮਝਿਆ ਤੁਹਾਡੀ ਤਰੀਫ ਦਾ ਬਹੁਤ ਸ਼ੁਕਰੀਆ ਕਬੱਡੀ ਫਿਰਨੇ ਆਪਾਂ ਚੱਲ ਪਿਆ ਦਲ ਗਿੱਲ ਸਦਕੇ ਵਸੀ ਸ਼ਾਹ ਜ਼ਿੰਦਾਬਾਦ ਇਹ ਵਸੀ ਹੈ ਨਾ ਵਸੀ ਸ਼ਾਹ ਵਸੀ ਮੈਂ ਜਬ ਵੀ ਹੱਸਦਾ ਹੂੰ ਤੋ ਆਖੇ ਬੀਤ ਜਾਤੀ ਹੈ ਉਹ ਹੋਰ ਵਸੀ ਸ਼ਾਹ ਹੈ ਕਬੱਡੀ ਦਾ ਵਸੀ ਸ਼ਾਹ ਉਹ ਸਿਆਸੀ ਫਿਟਰਾ ਰੋੜੀ ਅੱਛੀ ਸਦਕੇ ਆਦਲ ਗਿੱਲ ਜ਼ਿੰਦਾਬਾਦ ਜੀ ਇੱਧਰ ਮੇਰੇ ਵਾਸਤੇ ਵੀ ਆਦਲ ਗਿੱਲ ਦੀਆਂ ਚਾਟਾਂ ਹਾਏ ਸ਼ੈਂਪੀ ਬੇਟੇ ਕੇ ਚਾਟਾਂ ਸਦਕੇ ਜਾਵਾਂ ਜ਼ਿੰਦਾਬਾਦ ਇਹ ਇੱਥੇ ਲੱਗਣਾ ਹੈ ਪਤਾ ਬੱਲੇ 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 ਨੰਬਰ ਆਦਲ ਗਿੱਲ ਦਾ ਅਗਲੀ ਕਬੱਡੀ ਪਾਉਣ ਵਾਸਤੇ ਰਾਜਿਆਂ ਦਾ ਪੁੱਤ ਟੁਰ ਪਿਆ ਰਾਵਲ ਪਿੰਡੀ ਦਾ ਸ਼ੇਰ ਕਬੱਡੀ ਪਾਉਣ ਵਾਸਤੇ ਰਾਜਾ ਸ਼ਮਸ਼ਾਦ ਸਦਕੇ ਜਾਵਾਂ ਸੋਹਣਾ ਗੁੰਦਵਾ ਵਜੂਦ ਮੁੰਡੇ ਦਾ ਕਿ ਚਾਲ ਢਾ ਹੱਥ ਮਾਰਦਾ ਪੱਟਾਂ ਤੇ ਵੇਖੋ ਤੇ ਸਹੀ ਇਹ ਕਿਹੜਾ ਹੈ ਗੱਭਰੂ ਦਲੇਰ ਜਾਂਦਾ ਚਾਲ ਢਾਲ ਤੋਂ ਇੰਜ ਪਿਆ ਲੱਗਦਾ ਹੈ ਜਿਵੇਂ ਵਿੱਚ ਮੈਦਾਨ ਦੇ ਸ਼ੇਰ ਜਾਂਦਾ ਨੌਜਵਾਨ ਰਾਜਾ ਸ਼ਮਸ਼ਾਦ ਦੂਜੇ ਬੰਦੇ ਜ਼ਹੀਰ ਅਬਾਸ ਵਸੀਰ ਚੱਲ ਪਏ ਜ਼ਹੀਰ ਲੱਗਣਾ ਪਤਾ ਇਲਾਕਾ ਵਿੰਦਾ ਪਏ ਗੱਭਰੂਆ ਉਧਰ ਰਾਜਾ ਸ਼ਮਸ਼ਾਦ ਵੈਲਡਨ ਜ਼ਿੰਦਾਬਾਦ ਜੀ ਕੇ ਦਿਲ ਨੂੰ ਸੋਚ ਵਿਚਾਰ ਬੜੇ ਨੇ ਪਿਆਰ ਦੇ ਵਿੱਚ ਆਜ਼ਾਰ ਬੜੇ ਨੇ ਕਿਧਰੇ ਧੋਖਾ ਦੇ ਨਾ ਜਾਵੀਂ ਤੇਰੇ ਤੇ ਐਤਬਾਰ ਬੜੇ ਨੇ ਤੇ ਮੁਸ਼ਕਲ ਪਈ ਤੇ ਖੁੱਲੀਆਂ ਅੱਖਾਂ ਐਵੇਂ ਭੁੱਲ ਸੀ ਯਾਰ ਬੜੇ ਨੇ ਸਦਕੇ ਸਦਕੇ ਰਾਜਾ ਭਾਈ ਨਾ ਕਰੇ ਉਧਰ ਵੇਖੋ ਕੀ ਹੋਣ ਲਾਲਾ ਹੱਸਦਾ ਵੇਖੋ ਸਦਕੇ ਜ਼ਿੰਦਾਬਾਦ ਜੀ ਸਦਕੇ ਰਾਜਾ ਸ਼ਮਸ਼ਾਦ ਇੱਧਰ ਜ਼ਹੀਰ ਬਸੀਰ ਬੱਲੇ ਬੜਾ ਹਮ ਕਾਫੀ ਹੈ ਜੇ ਨਾਮ ਉਹਦਾ ਜ਼ਹੀਰ ਬਸੀਰ ਵੈਲਡਨ ਜ਼ਿੰਦਾਬਾਦ ਐ ਇੱਥੇ ਆਓ ਬੱਜੀ ਕਹਿੰਦੀ ਹਾਏ ਹੁਣ ਤਾਰੀਆਂ ਮਾਰ ਦੋ ਜ਼ਹੀਰ ਅਬਾਸ ਬਸੀਰ ਦੀ ਇੱਥੇ ਇਹਦੇ ਹੀ ਨਾਮ ਬਣਦੇ ਜੋ ਬਸੀਰ ਦੇ ਬੱਲੇ ਸਦਕੇ ਜਾਵਾਂ ਜ਼ਿੰਦਾਬਾਦ ਜੀ ਔਰ ਮੇਰੇ ਵੀਰ ਸਾਥੀ ਸਿੰਘ ਸਾਹਿਬ ਇਹਨਾਂ ਨੂੰ ਮੇਰੇ ਵਾਸਤੇ ਕਮੈਂਟਰੀ ਬੋਕਸ ਵਿੱਚ ਹਿੰਦੁਸਤਾਨ ਨੂੰ 1000 ਰੁਪਇਆ ਪੜਿਆ ਹੈ ਇਹਨਾਂ ਦੇ ਪਿਆਰ ਦਾ ਬਹੁਤ ਸ਼ੁਕਰੀਆ ਇਹਨਾਂ ਦੇ ਸ਼ਹਿਜ਼ਾਦੇ ਦੀ ਉਹਨਾਂ ਦੀ ਮੁਹੱਬਤ ਨੂੰ ਸਲਾਮ ਪੇਸ਼ ਕਰਦੇ ਕਿ ਮੈਨੂੰ ਇਸ ਕਾਬਲ ਸਮਝਦੇ ਪਏ ਨੇ ਉੱਧਰ ਵੇਖੋ ਵੀ ਨਾਮ ਆਦੀਆਂ ਪਾਤਸ਼ਾਹ ਡਾਕਟਰ ਬਲਿੰਦ ਮਾਹੀ ਸਾਹਿਬ ਤੁਸੀਂ ਦੇਖ ਜਾਂਦੇ ਦਵਾਈ ਸਦਕੇ ਜ਼ਿੰਦਾਬਾਦ ਜੀ
اسدہ خان پٹواری صاحب گائیڈ زندہ باد نوجوانوں نے بھرپور حوصلہ افزائی میرا ویرا نفر اقبال رشید صاحب جی بہت شکریہ گائیڈ زندہ باد پٹواری جی بہت شکریہ لو جی پٹواری صاحب والوں بھی 100 روپیہ میرے واسطے انعام ہے پٹواری لند سینا چوڑا خان دا ایویں تے نہیں پنڈ پنڈ رولا خان دا صدکے جاواں ہاتھ کلو کلو تو بھارا گبرو گاڈر ورگے دا بھائی کینٹ ہے للکارا گبرو گاڈر ورگے دا صدکے حسن شبیر بلوچ صاحب دا سٹیج تے پڑے بہت شکریہ مار منیر صاحب دا یاد کرن نے حسن شبیر صاحب آئے ہوئے پٹھان جی سارے مہمان نے خصوصی میری سٹیج کے اوپر تشریف فرما ادھر کبڈی ویکھی ہے پٹھان دی راہ بابر اگے کھلوتا کندھ بن کے منڈا بلے وہ نہ منہ پہ نہ مارو اس کے یار ہوں جا تالیاں نہ مارے پھر وہ پنجابی کوئی نہیں راوی کے کنڈے سے کوئی نہیں وسدا جہاں اس کبڈی دیا تالیاں نہ مارے تو انعام بھی ہونے چاہیے یہ تو میں 500 روپیہ پہلے ہی مڈ چاؤن لگا جو نام لے کے یہ سیمنٹ والے پینے پیسے میرے کو سارے سیمنٹ والے میرے بھرا بیٹھے زندہ باد جی مان منیر جی کوٹی دیکھ لو 500 روپیہ اختر خان پٹھان کبڈی میں شروع کرنے لگا تیری 500 روپیہ کبڈی کا مڈ انعام صدقے پٹواری جی کوٹی دیکھ لے اسدہ خان صاحب ہاں نہ چڑھ دے ہوں نہیں لڑے ہوں نہ لڑے ہوں بتیاں ٹپ گئے ہوں نہیں ایت خان صاحب کا انعام بنتا اتنے جگہ سے مارے کرے دیکھیے زندہ باد گلڈن نوجوانوں نے پوریا خریدا سبزیاں کرتے پے مطلب نوجوانوں کے لوگوں کی بادشاہ نفر اقبال صاحب گلڈن زندہ باد اورنگزیب پٹرول پولیس پورا نالے پیراں اتنے قائم لگتا نوجوان محمد شفیع چشتی 1000 روپیہ بارڈروں پار آئے ہوئے پیر شمبو بھول جی والوں 1000 روپیہ کبڈی کے موڈر کے نام چشتی کی کبڈی ہے پاکستان کے کپتان کی وارش بھٹی جی اسدہ خان جی ایک پٹواری صاحب ذرا بڑی کبڈی فین لگی ہے 500 روپیہ پاؤنا اس کبڈی ذرا کپتان کی کبڈی ہے پاکستانی 1000 روپیہ سب لے کر دے پنجاب جو ہے بنا پاتا جی 100 ڈالر تاڑیاں مار دو 100 ڈالر چشتی کے یو ایس اے تو آئے ہوئے ویر کنیڈا جو آئے ہوئے متر شمبو پروہی جی ادھر پڑ پائی میں نے دکھایا سی کوئی لوڑ نہیں 100 ڈالر یعنی اپنے حساب کر لو کنے پیسے بن گئے 1500 روپیہ ہو گیا ادھر کا سوری 12,500 لو جی 12,500 روپیہ کبڈی کے موڈ کے تقریباً 15,000 ہی گئے جی وہ کوئی گل نہیں ہو جاتا کسی پر فرق پی گیا جی شاید کل بھولتا پیا 15,000 روپیہ شمبو پروہی جی مار منیر صاحب اتنے 500 روپیہ پائی جی سدکے سدکے پٹواری صاحب کپتان کی کبڈی پینڈی جو ادھر دارا گجر نال بس بھٹی صاحب بہت شکریہ چل پی محمد شفیق چشتی اگے دارا گجر سرکنا چشتی دے پیچھے چل رہا ایک کری تاڑیاں تے مارو اتنے اگر نظر آؤں نہیں کبڈی چشتی کھیل رہا پیا ہائے آؤ ویکو صدقے جاوا نوجوان محمد شفیق چشتی کہنا ایویں نہیں کپتانی کا ملدیا ایویں نہیں کراؤں نہ میں تے نہ بول دے پیچھے چل رہا ایک کری تاڑیاں تے مارو اتنے اگر نظر آؤں نہیں کبڈی چشتی کھیل رہا پیا ٹل پورا نالے پیراں اتنے قائم لگتا نوجوان محمد شفیق ایویں نہیں کپتانی کا ملدیا ایویں نہیں کراؤں نہ میں تے نہ بول دے ڈاؤن ٹچ می
एक हजार होर पाता जी उधरों एक सौ इधर स्टेज से इनाम आदि का बादशाह सेरा इधर आदरा ਪਾਜੀ ਸਲ ਜੀ ਵੱਲੋਂ ਵੀ ਟੋਨੀ ਸਲ ਜੀ ਵੱਲੋਂ ਵੀ ਇੱਕ ਹਜ਼ਾਰ ਰੁਪਇਆ ਪੜ ਗਿਆ ਤੇਰੇ ਵਾਸਤੇ ਇੱਧਰੋਂ ਸਟੇਜ ਦੇ ਉੱਪਰ ਮੇਰੇ ਵੀਰ ਮਾਨ ਸਨਮਾਨ ਕਰਦੇ ਪਏ ਚੌਧਰੀ ਗੁਰਦੇਵ ਰਹਿਮਾਨ ਸਾਹਿਬ ਵੱਲੋਂ ਵੀ ਇੱਕ ਹਜ਼ਾਰ ਰੁਪਇਆ ਨੌਜਵਾਨ ਦਾ ਮਾਨ ਸਨਮਾਨ ਗਿਆ ਤੀਹ ਹਜ਼ਾਰ ਰੁਪਏ ਦੀ ਕਬੱਡੀ ਦਾ ਰੈਫਰ ਤੋਂ ਕਰਨ ਦੇ ਨਾਲ ਵੈਲਡਨ ਜ਼ਿੰਦਾਬਾਦ ਜੀ ਸਦਕੇ ਜੇ ਕੋਈ ਬੰਦਾ ਇਹ ਸਵਾਬ ਦੇ ਕੰਮ ਤੋਂ ਰਹਿ ਗਿਆ ਪੈਸੇ ਚਿਸ਼ਤੀ ਦੇ ਮਾਰੇ ਉਹਨਾਂ ਵੀ ਬੰਦਾ ਜਿੰਨੇ ਜਿੰਨੇ ਦਿਲ ਕਰਦਾ ਉਹਨਾਂ ਨੇ ਪੈਸੇ ਦੇ ਦਿਲ ਤੇ ਹਰ ਬੰਦੇ ਦਾ ਕਰਦਾ ਪੈਸੇ ਦੇਣ ਨੂੰ ਪਰ ਹਰ ਬੰਦੇ ਦੇ ਅੰਦਰ ਵੀ ਇੱਕ ਬੰਦਾ ਬੈਠਾ ਹੁੰਦਾ ਉਹ ਇਜਾਜ਼ਤ ਨਹੀਂ ਦਿੰਦਾ ਬੰਦੇ ਸਾਨੂੰ ਬਹੁਤ ਆਵਾਜ਼ ਆਉਂਦੀ ਪਈ ਹੈ ਕਿ ਚੱਲ ਪਈ ਨਸਰੁੱਲਾ ਖਿੱਚੀ ਪਾ ਕਬੱਡੀ ਤੇਰੇ ਇਨਾਮਾਤ ਹੋਣਗੇ ਤਗੜੇ ਬਸੀ ਸ਼ਾਹ ਸਦਕੇ ਜਾਵਾਂ ਜ਼ਿੰਦਾਬਾਦ ਜੀ ਬਹੁਤ ਸ਼ੁਕਰੀਆ ਬਾਬਾ ਜੀ ਮਦਨ ਅਲੀ ਵਸੀਰ ਸਾਹਿਬ ਬਹੁਤ ਸ਼ੁਕਰੀਆ ਮੇਰੇ ਵਾਸਤੇ ਇਨਾਮ ਹੈ ਸਦਕੇ ਸਰਦਾਰ ਜੀ ਕੁਲਵਿੰਦਰ ਭਾਜੀ ਕਹਿੰਦੇ ਪਾਕਿਸਤਾਨ ਜ਼ਿੰਦਾਬਾਦ ਇਨਸ਼ਾਅੱਲਾ ਜੀ ਲਓ ਜੀ ਇੱਕ ਗੱਲ ਸੁਣ ਲਿਓ ਕੁਲਵਿੰਦਰ ਭਾਜੀ ਕਹਿੰਦੇ ਮੈਂ ਪਾਕਿਸਤਾਨ ਜ਼ਿੰਦਾਬਾਦ ਨੂੰ ਇਸ ਕਰਕੇ ਵੀ ਆਖਿਆ ਕਿ ਮੈਨੂੰ 12-15 ਦਿਨ ਹੋ ਗਏ ਪਾਕਿਸਤਾਨ ਆਏ ਨੂੰ ਕਿਸੇ ਨੇ ਟੂਲ ਪਲਾਜ਼ਾ ਨਹੀਂ ਲਿਆ ਨਾ ਕਿਸੇ ਮੋਟਰਵੇ ਵਾਲੇ ਨੇ ਨਾ ਕਿਸੇ ਨੇ ਮੇਰੇ ਕੋਲ ਟੂਲ ਪਲਾਜ਼ਾ ਨਹੀਂ ਲਿਆ ਗਿਆ ਕਿਉਂਕਿ ਸਰਦਾਰ ਵੀਰ ਆਏ ਨੇ ਫਿਰ ਪਾਕਿਸਤਾਨ ਕਹਿੰਦੇ ਜ਼ਿੰਦਾਬਾਦ ਕਿਉਂ ਨਾ ਆਖੀਏ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜੀ ਇੱਕ ਮਿੰਟ ਇੱਕ ਸੈਕਿੰਡ ਹੋ ਜਾਵੇ ਉਹਦੇ ਬੰਦਾ ਹੁੰਦਾ ਲਓ ਜੀ ਮੁਸ਼ਰਫ ਜਵੇਦ ਚੰਜਵਾ ਦੀਵਾਲ ਆਫ ਪਾਕਿਸਤਾਨ ਮੈਦਾਨੇ ਪੜਿਆ ਤਾੜੀਆਂ ਮਾਰੋ ਜੀ ਪੂਰਾ ਪਾਕਿਸਤਾਨ ਇਕੱਠਾ ਕਰਤਾ ਨਸੁੱਲਾ ਖਿੱਚੀ ਨੇ ਅੱਜ ਚਿਸ਼ਤੀ ਵੀ ਅੱਜ ਅਲੀ ਸ਼ਾਨ ਵੀ ਮੌਸਮ ਵਾਲਾ ਵੀ ਇਮਤਿਆਜ਼ ਵੀ ਉੱਧਰ ਤਜੰਮਲ ਵਾਲਾ ਉੱਧਰ ਮੁਸ਼ਰਫ ਜਵੇਦ ਚੰਜਵਾ ਦੀਵਾਲ ਆਫ ਪਾਕਿਸਤਾਨ ਲੈ ਕੇ ਨਸੁੱਲਾ ਖਿੱਚੀ ਇੱਕ ਹਜ਼ਾਰ ਰੁਪਏ ਤੇਰੀ ਕਬੱਡੀ ਦੇ ਮੁੰਡ ਦੇ ਵਿੱਚ ਸਾਬੀ ਭਾਜੀ ਵੱਲੋਂ ਚੱਲ ਵੀ ਅਸੀਂ ਸ਼ਾਮ 1000 ਰੁਪੀਸ ਸਭੀ ਭਾਜੀ 1000 ਰੁਪਇਆ ਰੇਟਰ ਦਾ ਤੂੰ 2000 ਕਰਦਾ ਆਪਣੇ ਪਿੰਡ ਦਾ ਬੰਦਾ ਯਾਰ ਕੋਈ ਬੰਦਾ 1000 ਰੁਪਏ ਜਿਹੜਾ ਹੋਰ ਚੁੱਕੀ ਦੇ 2000 ਕਰ ਦਿਓ ਜੀ ਭਾਈ ਟੋਨੀ ਸਾਲ ਜੀ ਕਹਿੰਦੇ ਫਿਰ ਮੇਰੇ ਵੱਲੋਂ 1000 ਪਾ ਦੇ 2000 ਰੁਪਇਆ ਸੁਲਲਾ ਸਦਕੇ ਨਸਰੁੱਲਾ ਕੌਡੀ ਖੇਡ ਕੇ ਸ਼ੇਰਾ ਸਦਕੇ ਜਾਵਾਂ ਤੇਰੇ ਤੈਨੂੰ ਰੱਬ ਦੀਆਂ ਰੱਖਾਂ ਬਸੀ ਸ਼ਾਹ ਤੇ ਨਸਰੁੱਲਾ ਤੈਨੂੰ ਰੱਬ ਦੀਆਂ ਰੱਖਾਂ ਬਸੀ ਸ਼ਾਹ ਤੇ ਨਸਰੁੱਲਾ ਸਟੇਜ ਦੇ ਉੱਪਰ ਬੈਠੇ ਹੋਏ ਮੇਰੇ ਮੌਜੂਦੀਨ ਐ ਕਰਦੇ ਹੋਏ ਹੋਏ ਹੋ ਮਾਰੋ ਤਾੜੀਆਂ ਫਿਰ ਸ਼ੇਰਾਂ ਨੂੰ ਥਾਪੀ ਦੇ ਦਿਓ ਇੱਥੇ ਦੇ ਦਿਓ ਥਾਪੀ ਸ਼ੇਰਾਂ ਨੂੰ ਹਾਏ ਕਹਿੰਦਾ ਐਵੇਂ ਨਹੀਂ ਮੈਦਾਨਾਂ ਵਿੱਚ ਨਾ ਬੋਲਦੇ ਭਾਈ ਕੀਤੀਆਂ ਨੇ ਮਿਹਨਤਾਂ ਇਹ ਤਾਂ ਬੋਲਦੇ ਇਹ ਤਾਂ ਨਾ ਰੈਫਰੀ ਸਾਹਿਬ ਦੇਖੋ ਮੂੰਹ ਤੇ ਮਾਰਦੇ ਹੋ ਸਦਕੇ ਖਿੱਚੀ ਦੀ ਅਸਕਰ ਪਾਕਿਸਤਾਨ ਸਦਕੇ ਖਿੱਚੀ ਦੀ ਅਸਕਰ ਪਾਕਿਸਤਾਨ ਵੱਡੀ ਦਾ ਨੌਜਵਾਨ ਨਸਰੁੱਲਾ ਖਿੱਚੀ ਹਾਏ ਚੱਕਾ ਜਾਮ ਮਾਰੋ ਫਿਰ ਤਾੜੀਆਂ ਇੱਥੇ ਨੰਗੇ ਪਿੰਡੇ ਚਾਟਾ ਖਾਣਾ ਨੰਗੇ ਪਿੰਡੇ ਮੈਨੂੰ ਸ਼ਬਕਾਂ ਮਾਰਨ ਬੱਲੇ ਜ਼ਿੱਦ ਕਰਦਾ ਏ ਨਾ ਨਹੀਂ ਸੁਣਦਾ ਸੋਹਣਾ ਏ ਨਾ ਤਾਂ ਨਹੀਂ ਸੁਣਦਾ ਤੇ ਜੇ ਮੈਂ ਦਿਲ ਦਾ ਹਾਲ ਸੁਣਾਵਾਂ ਦੋ ਲਫ਼ਜ਼ਾਂ ਤੋਂ ਗਾਹ ਨਹੀਂ ਸੁਣਦਾ ਬਸੀ ਸ਼ਾਹ ਸਦਕੇ ਪਤੀ ਸਾਹਿਬ ਹੋਰ ਮੈਂ ਇਹੋ ਗੱਲ
ਪੱਟੀ ਸਾਹਿਬ ਹੋਰ ਮੈਂ ਹੀ ਗੱਲ ਕਹਿਣ ਨੂੰ ਜੋੜ ਕਹਿੰਦੇ ਉੱਧਰ ਮੁੰਡਾ ਬਣਾ ਆਏ ਤੋਂ ਸ਼ਾਨ ਲਾ ਕੇ ਜੋੜ ਦਿੱਤਾ ਨਾਲ ਅੱਖ ਦੇ ਚਮਕ ਨਾਲ ਕਮਾਲ ਗਿਆ ਹੋ ਗਿਆ ਇੱਧਰ ਆ ਨਜ਼ਰ ਲਾ ਕੇ ਕੀ ਤਰ੍ਹਾਂ ਬਾਤ ਤੈਨੂੰ ਬਸ ਬਾਹਰ ਗਿਆ ਆਪਣੇ ਨਾਮ ਲਿਆ ਕਹਿੰਦਾ ਪੈਟਾ ਮੋਟਾ ਨਹੀਂ ਜੀ ਨਜ਼ਰ ਲਾ ਕੇ ਕੀ ਸਦ ਕੇ ਨਾਮ ਆਏ ਜ਼ਿੰਦਾਬਾਦ ਜੀ ਕੁਲਵਿੰਦਰ ਭਾਜੀ ਕਹਿੰਦੇ ਫਿਰ ਮੇਰਾ ਵੀ ਬੈਗ ਚ ਹੱਥ ਪੈ ਗਿਆ ਟਾਲ ਪਾਇਆ ਤਾਂ ਨਹੀਂ ਲਿਆ ਪਰ ਮੁੰਡਿਆਂ ਦਾ ਨਾਮ ਤੇ ਬਣਦਾ ਕਹਿੰਦੇ ਪੰਜਾਬ ਪੁਲਿਸ ਬਹੁਤ ਸ਼ੁਕਰੀਆ 5000 ਰੁਪਇਆ ਕੁਲਵਿੰਦਰ ਸਿੰਘ ਜੀ ਵੱਲੋਂ ਤਾੜੀਆਂ ਤੇ ਮਾਰੋ ਲੱਖਾਂ ਰੁਪਇਆਂ ਦੇ ਇਨਾਮ ਜਾਣ ਡਿਆ ਇਸ ਮੈਦਾਨ ਚ ਕੁਲਵਿੰਦਰ ਭਾਜੀ ਵੈਲਕਮ ਜ਼ਿੰਦਾਬਾਦ ਬਹੁਤ ਸ਼ੁਕਰੀਆ ਤੁਸੀਂ ਨੌਜਵਾਨਾਂ ਦਾ ਸਨਮਾਨ ਕਰਦੇ ਪਏ ਅੱਜ ਲੈਂਦੇ ਪੰਜਾਬ ਚ ਆ ਕੇ ਪਰ ਕਹਿੰਦੇ ਨਾ ਕਿ ਮੈਂ ਸਦਕੇ ਲਾਹੌਰ ਜਲੰਧਰ ਦੇ ਜਿੱਥੇ ਮੇਲੇ ਹੋਣ ਕਲੰਦਰ ਦੇ ਗਾਲੇ ਦੀ ਕੋਸ਼ਿਸ਼ ਸ਼ੁਰੂ ਕਰ ਲਈ ਆ 1000 ਰੁਪਏ ਦਾ ਮੁੱਲ ਕਰੀਏ ਕਦੀ ਇਸ ਨੌਜਵਾਨ ਨੇ ਦੁਨੀਆ ਦਾ ਤੂਫਾਨ ਕਬੱਡੀ ਦੇ ਕਿਤੋਂ ਆਵਾਜ਼ ਨਹੀਂ ਆਈ ਆਉਂਦੀ 1000 ਦੀ ਜੀ 5000 ਰੁਪਇਆ ਕਬੱਡੀ ਦੇ ਮੁੱਢ ਚ ਰੱਖ ਲਿਆ ਜੋ 1000 ਰੁਪਇਆ ਮੇਰੇ ਵੀਰ 4000 ਰੁਪਇਆ ਚੜ੍ਹਦੇ ਪੰਜਾਬੋਂ ਤੇ 1000 ਰੁਪਇਆ ਲਹਿੰਦੇ ਪੰਜਾਬੋਂ ਇੱਧਰ ਮੇਰੇ ਵੀਰ ਅਕੀਰ ਖਾਨ ਸਾਹਿਬ ਵੱਲੋਂ ਫੂਡ ਇੰਸਪੈਕਟਰ ਵੱਲੋਂ ਲਾਲਾ ਜੀ 5000 ਰੁਪਇਆ ਕਬੱਡੀ ਦੇ ਮੁੱਢ ਚ ਪਾਤਾ ਲਾਲਾ ਨਾਲ ਲੈ ਕੇ ਜ਼ਿੰਦਾਬਾਦ 10000 ਰੁਪਇਆ ਮੇਲਾ ਕਮੇਟੀ ਨੇ ਜਿਹੜੀ ਸੁਭਾਸ ਸਾਹਿਬ ਵੱਲੋਂ ਆਇਆ ਉਹਦਾ ਲਾਲਾ ਜੀ ਦੇਖੋ ਕੀ ਹੋਣ ਡਿਆ ਲਾਲਾ ਜੀ ਪਿਛਾ ਹਟਿਓ ਤਰਾ ਕੇ ਭਾਈ ਫਜ਼ਲ ਸਾਹਿਬ ਇੱਕ ਮਿੰਟ ਕੌਡੀ ਦੇ ਬਾਅਦ ਪੰਜਾਬ ਪੁਲਿਸ ਸਾਡੀ ਵੇਖੋ ਨਾ ਕਿਸ ਤਰ੍ਹਾਂ ਨਾਜ ਨਾ ਲਾਂਗਾ ਬਹੁਤ ਸ਼ੁਕਰੀਆ ਜਨਾਬ ਤੁਹਾਡੇ ਪਿਆਰ ਦਾ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਮੋਹਤਰਮ ਉੱਧਰ ਵੇਖੋ ਜੀ ਕੀ ਹੁੰਦਾ ਪਿਆ ਸਦਕੇ ਜਾਵਾਂ ਜ਼ਿੰਦਾਬਾਦ ਲਾਲਾ ਕਦਲਾ ਕੰਬੋ ਮੁਸਤ ਨਸੀਰ ਵਾਲਾ ਧੱਕੇ ਵੱਜਦੇ ਪਏ ਨੇ ਟਰੈਕਟਰ ਭਿਰਦੇ ਪਏ ਨੇ ਟੋਲੀ ਭਾਜੀ 1000 ਰੁਪਇਆ ਸਾਫੀ ਭਾਜੀ 1000 ਰੁਪਏ ਚੰਗੂ ਟੋਲੀ ਭਾਜੀ ਕਮੈਂਟਰੀ ਬਾਕਸ ਕੱਪੜਿਆ ਬਹੁਤ ਸ਼ੁਕਰੀਆ ਜਨਾਬ ਦੀ ਮੁਹੱਬਤ ਤਾਂ ਮੈਨੂੰ ਇਸ ਕਾਬਲ ਸਮਝਿਆ ਜਨਾਬ ਦੇ ਪਤਾ ਹੀ ਉਹ ਪੈਸੇ ਦੇ ਲੋਕ ਦੇ ਕਾਰਨ ਭਾਈ ਅਕੀਰ ਖਾਨ ਸਾਹਿਬ ਨੇ ਤੇਰਾ ਪਿਆਰ ਕੀਤਾ ਸਾਂਝੀਆਂ ਕੀਤੀਆਂ ਸਦਕੇ ਜਾਵਾਂ 5000 ਰੁਪਇਆ ਮੁੰਡੇ ਦਾ ਮਾਣ ਸਨਮਾਨ ਕੀਤਾ ਗਿਆ ਮੇਰੇ ਵੀਰ ਸ਼ੰਭੂ ਭਾਜੀ ਵੱਲੋਂ ਵੈਲਡਨ ਜ਼ਿੰਦਾਬਾਦ ਜੀ ਲਾਲਾ ਕਦੂ ਤੱਕ ਕੰਬੋ ਆ ਗਿਆ ਜੀ ਮੈਂ ਸ਼ੰਭੂ ਭਾਜੀ ਤੁਹਾਡੇ ਨਾਲ ਪਿਆਰ ਕਰਨ ਦੇ ਨੇ ਸਲ ਭਾਜੀ ਪਿਆਰ ਕਰਨ ਦੇ ਨੇ ਸਾਫੀ ਭਾਜੀ ਪਿਆਰ ਕਰਨ ਦੇ ਨੇ ਉੱਧਰ ਮੈਂ ਵੇਹਨਾ ਪਿਆ ਕਿ ਕੁਲਵਿੰਦਰ ਭਾਜੀ ਕਹਿੰਦੇ ਟਾਲ ਪਲਾਜ਼ਾ ਕਿਸੇ ਨੇ ਨਹੀਂ ਲਿਆ ਕਿਉਂਕਿ ਜਦੋਂ ਦਾ ਪਾਕਿਸਤਾਨ ਆਇਆ ਕਹਿੰਦੇ ਆ ਪਾਕਿਸਤਾਨ ਜਿੰਦਾ